ਡੀਆਈਜੀ ਨੇ ਥਾਣੇ 'ਚ ਮਾਰੀ ਅਚਨਚੇਤ ਰੇਡ। ਘਰ 'ਚ ਸੁੱਤੇ ਪਏ ਸਨ ਪੁਲਿਸ ਮੁਲਾਜ਼ਮ। ਡੀਆਈਜੀ ਨੇ SHO ਅਤੇ SI 'ਤੇ ਕੀਤੀ ਕਾਰਵਾਈ। ਹਰਮਨਵੀਰ ਸਿੰਘ ਗਿੱਲ IPS ਅਤੇ DIG ਜਲੰਧਰ ਰੇਂਜ ਨੇ ਅੱਜ ਸਵੇਰੇ 7:30 ਵਜੇ ਥਾਣਾ ਟਾਂਡਾ ਹੁਸ਼ਿਆਰਪੁਰ 'ਚ ਅਚਾਨਕ ਨਿਰੀਖਣ ਕੀਤਾ। ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਦੌਰੇ ਦੌਰਾਨ ਇਹ ਵੇਖਿਆ ਗਿਆ ਕਿ ਥਾਣੇ ਵਿੱਚ ਸਿਰਫ ਸਹਾਇਕ ਮੁਨਸ਼ੀ ਹੀ ਬਿਨਾਂ ਹਥਿਆਰ ਦੇ ਮੌਜੂਦ ਸੀ ਅਤੇ ਸਵੇਰੇ 8 ਵਜੇ ਲਈ ਨਿਰਧਾਰਿਤ ਰੋਲ ਕਾਰਡ ਥਾਣੇ ਵੱਲੋਂ ਲਾਗੂ ਨਹੀਂ ਕੀਤਾ ਗਿਆ ਸੀ, ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ। ਇਸ ਦੌਰਾਨ SHO ਥਾਣਾ ਟਾਂਡਾ ਅਤੇ DSP ਟਾਂਡਾ ਵੀ ਆਪਣੇ ਨਿਵਾਸ ਸਥਾਨਾਂ 'ਤੇ ਸੋ ਰਹੇ ਸਨ। ਬਾਕੀ ਰਹਿੰਦੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 9 ਵਜੇ ਤੋਂ 9:15 ਵਜੇ ਦੇ ਦਰਮਿਆਨ ਪਹੁੰਚੀ, ਜੋ ਕਿ DIG ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ, ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਅਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ। ਡਿਊਟੀ ਵਿੱਚ ਲਾਪਰਵਾਹੀ ਅਤੇ ਨਿਗਰਾਨੀ ਦੀ ਘਾਟ ਕਾਰਨ SHO ਟਾਂਡਾ SI ਰਮਨ ਕੁਮਾਰ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਰੇਂਜ ਦੇ ਸਾਰੇ GOs SHO ਤਿੰਨੇ SSPs ਨੂੰ ਨੋਟ ਕਰ। ਅੱਜ ਮੈਂ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ। ਇੱਥੇ ਨੰਬਰ 1 ਤਾਂ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ। SHO ਅਤੇ DSP ਟਾਂਡਾ ਆਪਣੇ ਕੁਆਟਰਾਂ 'ਚ ਪਾਏ ਗਏ ਸੁੱਤੇ। ਨਫਰੀ ਬਿਲਕੁਲ ਨਹੀਂ ਸੀ ਹੈਗੀ, ਸਿਰਫ ਇੱਕ ਅਡੀਸ਼ਨਲ ਮੁਨਸ਼ੀ ਸੀ ਨਾਈਟ ਵਾਲਾ। ਇੱਕ ਲੇਡੀ ਹਵਾਲਾਤੀ ਸੀ ਔਰ ਕੋਈ ਵੀ ਲੇਡੀ ਕੋਂਸਟੇਬਲ ਨਹੀਂ ਪ੍ਰੈਜੈਂਟ ਸੀ। ਫਿਲਹਾਲ SHO ਟਾਂਡੇ ਨੂੰ ਮੈਂ ਪੁਲਿਸ ਲਾਈਨ ਹਾਜ਼ਰ ਕਰ ਰਿਹਾ ਅਤੇ DSP SHO ਦੇ ਖਿਲਾਫ ਜਿਹੜਾ ਉਹ ਐਕਸ਼ਨ ਹੋਊਗਾ। ਐਕਸਪਲੇਨੇਸ਼ਨ SSP ਹੁਸ਼ਿਆਰਪੁਰ ਦੀ ਵੀ ਕਾਲ ਕੀਤੀ ਜਾ ਰਹੀ ਹੈ। ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਥਾਣੇ ਦੇ ਵਿੱਚ ਇਹੋ ਜਿਹੀਆਂ ਅੜਤਾਲੀਆਂ ਪਾਈਆਂ ਜਾਂਦੀਆਂ। ਕਦੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ, ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਅਤੇ ਜੇਕਰ ਮੈਨੂੰ ਪਾਇਆ ਗਿਆ ਵੀ ਜਿਹੜੀਆਂ ਇੰਸਟਰਕਸ਼ਨਸ ਇਹਨਾਂ ਨੂੰ ਭੇਜੀਆਂ, ਜਿਹੜਾ ਏਜੰਡਾ ਰੇਂਜ ਆਫਿਸ ਤੋਂ ਆਇਆ, ਤਾਂ ਕੰਸਰਨਡ GO SHO ਉਹਨਾਂ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਊਗਾ। ਇਫ ਨੋਟਡ ਓਵਰ। ਟਾਂਡਾ ਉੜਮੁੜ ਤੋਂ ਪੱਤਰਕਾਰ ਅਰਜੁਨ ਜੈਨ ਦੀ ਰਿਪੋਰਟ।